ਭਦਰਵਾ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ, ਰਿਕਾਰਡ ਗਿਣਤਰੀ ਟੂਰਿਸਟਾਂ ਦੀ ਆਮਦ ਦਰਜ। ਕੁਦਰਤੀ ਨਜ਼ਾਰੇ ਕੰਨੇ ਮਾਲਾਮਾਲ ਭਦਰਵਾ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣੀ ਗਿਆ ਹੈ। ਮੁਲਕ ਦੇ ਦੂਏ ਹਿੱਸੇ 'ਚ ਗਰਮੀ ਦੀ ਮਾਰ ਪਵਾਰਦੀ ਹੈ, ਪਰ ਭਦਰਵਾ 'ਚ ਸ਼ਰ ਸ਼ਰ ਬਗਦੇ ਨਾੜੂ, ਨੀਰੂ ਦਰਿਆ, ਚੀੜ ਅਤੇ ਦਿਆਰ ਦੇ ਬੂਟਿਆਂ ਦੀ ਛੂਹੀਏ ਬਾਊ ਦੀ ਸਰਸਰਾਹਟ ਕਿਸੇ ਦਾ ਵੀ ਮਨ ਮੋਹ ਲੈਂਦੀ ਹੈ। ਇਸੇ ਕਰੀ ਇਹਨਾਂ ਦਿਨ ਭਦਰਵਾ 'ਚ ਟੂਰਿਸਟਾਂ ਦੀ ਭੀੜ ਦਿਖਣੇ 'ਚ ਆਵਰਦੀ ਹੈ। ਸੈਲਾਨੀ ਕੁਦਰਤੀ ਨਜ਼ਾਰੇ ਦਾ ਲੁਤਫ ਵੀ ਲੈ ਦੇਣ, ਕੰਨੇ ਭਦਰਵਾ ਦੀ ਸੰਸਕ੍ਰਿਤੀ ਕੰਨੇ ਵੀ ਰੂਬਰੂ ਉਵਰਦੇ ਨੇ। ਜਿੰਨੀ ਵੀ ਜਗ੍ਹਾ ਬਾਹਰ ਕੇਰਲ ਵੇਰਲ ਸਭ ਜਗ੍ਹਾ ਗਏ ਹਾਂ, ਮਤਲਬ ਆਪਣੀ ਜਗ੍ਹਾ ਸਿਕਿਉਰਿਟੀ ਵੀ ਜ਼ਿਆਦਾ ਅੱਛੀ ਮਹਿਸੂਸ ਹੁੰਦੀ ਹੈ। ਆਪਣੇ ਲੋਕ ਆਪਣੀ ਭਾਸ਼ਾ ਉਹ ਤਾਂ ਆਈ ਹੈ, ਬਟ ਬਾਹਰ ਦੇ ਲੋਕਾਂ ਵਾਸਤੇ ਵੀ ਅੱਛਾ ਹੈ, ਮਤਲਬ ਐਜ਼ ਗੁੱਡ ਐਜ਼ ਐਨੀ ਅਦਰ ਪਲੇਸ। ਪਾਦਰੀ ਜਾਈਏ ਅੱਛਾ ਲੱਗਿਆ, ਬਟ ਉਹੀ ਹੈ ਕਿ ਜਿਹੜੀ ਚੀਜ਼ਾਂ ਵਾਸਤੇ ਗੌਰਮੈਂਟ ਅਵੇਅਰ ਕਰੇ ਕਰਦੀ ਹੈ ਲੋਕਾਂ ਦੀ ਕਿ ਗੰਦ ਨਹੀਂ ਪਾਓ, ਪਲਾਸਟਿਕ ਨਹੀਂ ਯੂਜ਼ ਕਰੋ, ਇਹ ਚੀਜ਼ਾਂ ਨਹੀਂ, ਉਹ ਉੱਧਰ ਜਾਈਏ ਬੜਾ ਲੱਗਿਆ ਮੈਗੀ ਕਿ ਉੱਧਰ ਖਾਈਏ ਪੀਏ ਬਣਾਈਏ, ਲੋਕ ਉੱਧਰ ਅੱਗੇ ਸੁੱਟ ਜਾਂਦੇ ਆ। ਪਲੀਜ਼ ਇਹ ਸਭ ਨਹੀਂ ਕਰੋ। ਤਕਰੀਬਨ 100-200 ਟੂਰਿਸਟ ਐਸੇ ਸੀ ਰੋਜ਼ ਦੇ ਹੁੰਦੇ ਸੀ ਜਿਹੜੇ ਲੋਕਾਂ ਨੇ ਆਪਣੇ ਘਰਾਂ ਬਿਠਾਏ, ਉਹਨਾਂ ਕੋਈ ਚਾਰਜ ਨਹੀਂ ਕੀਤਾ, ਅਤੇ ਇਹ ਬੜੀ ਯੂਨੀਕ ਚੀਜ਼ ਉਸਨੂੰ ਲੱਗਦਾ ਕਿ ਸਾਡੇ ਲੋਕ ਜਿਹੜੇ ਕਿੰਨੇ ਇਮੋਸ਼ਨਲ, ਕਿੰਨੇ ਜਜ਼ਬਾਤੀ ਹੋ ਗਏ ਇਹਨਾਂ ਟੂਰਿਸਟ ਨੂੰ ਲੈ ਕੇ, ਅਤੇ ਇਹ ਜਿਹੜੀ ਗੱਲ ਹੈ ਸ਼ਾਇਦ ਹੋਰ ਕਿਸੇ ਜਗ੍ਹਾ ਨੂੰ ਨਹੀਂ ਮਿਲੇਗੀ, ਜਿਹੜੇ ਟੂਰਿਸਟ ਨੂੰ ਇੱਥੇ ਮਿਲੀ ਹੈ, ਅਤੇ ਇਹ ਯਾਦਾਂ ਉਹ ਲੈ ਕੇ ਜਾਣਗੇ, ਅਤੇ ਉਸ ਹਿਸਾਬ ਨਾਲ ਲੱਗਦਾ ਕਿ ਭਦਰਵਾ ਦਾ ਜਿਹੜਾ ਫਿਊਚਰ ਹੈ, ਸਾਡਾ ਫਿਊਚਰ ਜਿਹੜਾ ਬੜਾ ਬ੍ਰਾਈਟ ਹੈ ਟੂਰਿਜ਼ਮ। ਭਦਰਵਾ ਟੂਰਿਜ਼ਮ ਅਥਾਰਟੀ ਦੇ ਸਾਰੇ ਗੈਸਟ ਹਾਊਸ ਵਗੈਰਾ ਬੁੱਕ ਹੋ ਚੁੱਕੇ ਦਿਨ, ਇਸ ਕਰੀ ਟੂਰਿਸਟਾਂ ਦੇ ਰਸ਼ ਦੇ ਮੱਦੇਨਜ਼ਰ ਲੋਕਾਂ ਆਪਣੇ ਮਕਾਨੇ 'ਚ ਟੂਰਿਸਟਾਂ ਦੀ ਪੇਇੰਗ ਗੈਸਟ ਦੇ ਤੌਰ 'ਤੇ ਠਹਿਰਾਉਣਾ ਸ਼ੁਰੂ ਕੀਤੇ ਦਾ ਹੈ। ਟੂਰਿਸਟ ਭਦਰਵਾ ਦੇ ਲੋਕਾਂ ਦੀ ਮਹਿਮਾਨ ਨਵਾਜ਼ੀ ਦੇਖੀਏ ਬੜੇ ਖੁਸ਼ ਹਨ। ਭਦਰਵਾ ਡਿਵੈਲਪਮੈਂਟ ਅਥਾਰਟੀ ਦੇ CEO ਰਜਿੰਦਰ ਸਿੰਘ ਹੁੰਦਾ ਗਲਾਨਾ ਹੈ ਜੇ ਇਸ ਬਰੇ 15 April ਥਵਾਂ ਟੂਰਿਸਟਾਂ ਦਾ ਭਦਰਵਾ ਆਉਣੇ ਦਾ ਸਿਲਸਿਲਾ ਸ਼ੁਰੂ ਹੋਆ ਹਾ, ਜਿਹੜਾ ਹੁਣੇ ਤੱਕ ਜਾਰੀ ਹੈ। ਮਤੀ ਗਿਣਤਰੀ 'ਚ ਆਉਣੇ ਵਾਲੇ ਟੂਰਿਸਟਾਂ ਦੀ ਅਕਾਮੋਡੇਟ ਕਰਨੇ ਗੀਤੇ ਹੋਮ ਸਟੇਅ ਸਕੀਮ ਸ਼ੁਰੂ ਕੀਤੀ ਗਈ ਹੈ। ਲੋਕਾਂ ਨੇ ਬੜੀ ਮਦਦ ਕੀਤੀ, ਉਹਨੇ ਆਪਣੇ ਘਰ 'ਚ ਟੂਰਿਸਟ ਕੀ ਅਕੋਮੋਡੇਟ ਕੀਤਾ, ਪ੍ਰੋਪਰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ, ਹੋਟਲ ਗੈਸਟ ਹਾਊਸ ਜਾਂ ਹੋਮ ਸਟੇਜ਼ ਹੀ ਸਾਡੀ ਵਿਹੜੇ ਦੀ ਪ੍ਰੋਪਰਟੀ ਹੀ ਜਾਂ ਜਿਹੜੀ ਅਸੀਂ ਆਊਟਸੋਰਸ ਕੀਤੀਆਂ, ਸਾਰੇ ਜੈਮ ਪੈਕ ਚਲਾ ਦੀਆਂ ਹੀ ਆ। ਅਤੇ ਈਵਨ ਅੱਜ ਦੀ ਡੇਟ ਵਿੱਚ ਵੀ ਅਗਰ ਤੁਸੀਂ ਭਦਰਵਾ ਦੇਖੋ ਤਾਂ ਜਿੰਨੇ ਹੋਟਲ ਸਾਰੇ ਪੈਕ ਚਲਾ ਰਹੇ, ਬੜਾ ਅੱਛਾ ਰਿਸਪੋਂਸ ਮਿਲਿਆ ਸੀ। ਭਦਰਵਾ ਦੇ ਲੇਕ ਰਿਜ਼ੋਰਟ ਵਿਊ, ਧਾਰ ਪੱਧਰੀ, ਜਾਈ, ਖਲਾਨੀ, ਛਤਰਗਲਾ ਅਤੇ ਹੋਰ ਥਾਰਾਂ ਟੂਰਿਸਟਾਂ ਦੇ ਆਕਰਸ਼ਣ ਦਾ ਕੇਂਦਰ ਬਣੀ ਗਈ ਦੀਆਂ ਹਨ। ਡੁੱਗਰ ਖਬਰਾਂ ਵਾਸਤੇ ਭਦਰਵਾ ਥਮਾਂ ਸਾਹਿਰ ਹੁਸੈਨ ਦੀ ਰਿਪੋਰਟ।